ਮੈਂ ਥੋੜਾ ਲੇਟ ਹੋ ਗਿਆ, ਲੇਟ ਤਾਂ ਨੀ ਮੈਂ ਹੋਇਆ ਕਿ ਮੈਂ ਲੇਟ ਚੱਲਿਆ। ਰਾਹ ਚ ਲੋਕ ਪਿੰਡਾਂ ਦੇ ਪਿੰਡ ਬਾਹਰ ਖੜ ਜਾਂਦੇ ਆ, ਸਰੋਪੇ ਦਿੰਦੇ ਆ, ਮਾਵਾਂ ਸਿਰ ਪੜੋਸਦੀਆਂ, ਇਸ ਤੋਂ ਵੱਧ ਪਿਆਰ ਨੀ ਮਿਲ ਸਕਦਾ। ਆ ਤੁਸੀਂ ਇੰਨੇ ਹਨੇਰੇ ਇੱਥੇ ਖੜੇ ਹੋ, ਸੁਖਬੀਰ ਬਾਦਲ ਕੇ ਕਾਂ ਪੈਂਦੇ ਆ ਹਜੇ ਵੇਲੇ, ਉਹ ਜੀਪ ਜੀ ਲੈ ਕੇ ਤੁਰ ਪੈਂਦਾ, ਬੰਦਾ ਕੋਈ ਆਲ ਦਾਲ ਹੁੰਦਾ ਨੀ, ਉਹੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ। ਕਲੀ ਕਲੀਰ ਦੀ ਬੁਰੀ ਹਾਲਤ, ਸੁਖਬੀਰ ਦੀ ਸਮਝ ਕੁਛ ਆਵੇ ਨਾ, ਵੋਟ ਕੋਈ ਇੱਥੇ ਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ। ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨੀ, ਬਿਜਲੀ ਦਾ ਕੋਈ ਬਿੱਲ ਨੀ, ਕੱਸੀਆਂ ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਉਹ ਤੋਂ ਬਾਅਦ ਸਮਝੀ ਨਾ ਸੋਚੀਏ, ਫਿਰ ਅਕਾਲੀ ਦਲ ਦੀ ਫੱਟੀ ਚੀਜ਼ ਸਾਲੇ ਨੇ ਪੋਚੀ ਹੈ। ਅਸੀਂ ਮੌਜ ਬਹੁਤ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ। ਲੈ ਐਤਕੀ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਹੈ। ਮੈਂ ਥੋੜਾ ਲੇਟ ਹੋ ਗਿਆ, ਲੇਟ ਤਾਂ ਨੀ ਮੈਂ ਹੋਇਆ ਕਿ ਮੈਂ ਲੇਟ ਚੱਲਿਆ। ਰਾਹ ਚ ਲੋਕ ਪਿੰਡਾਂ ਦੇ ਪਿੰਡ ਬਾਹਰ ਖੜ ਜਾਂਦੇ ਆ, ਸਰੋਪੇ ਦਿੰਦੇ ਆ, ਮਾਵਾਂ ਸਿਰ ਪੜੋਸਦੀਆਂ, ਇਸ ਤੋਂ ਵੱਧ ਪਿਆਰ ਨੀ ਮਿਲ ਸਕਦਾ। ਆ ਤੁਸੀਂ ਇੰਨੇ ਹਨੇਰੇ ਇੱਥੇ ਖੜੇ ਹੋ, ਸੁਖਬੀਰ ਬਾਦਲ ਕੇ ਕਾਂ ਪੈਂਦੇ ਆ ਹਜੇ ਵੇਲੇ, ਉਹ ਜੀਪ ਜੀ ਲੈ ਕੇ ਤੁਰ ਪੈਂਦਾ, ਬੰਦਾ ਕੋਈ ਆਲ ਦਾਲ ਹੁੰਦਾ ਨੀ, ਉਹੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ। ਸੋ 2 ਨੰਬਰ ਤੇ ਬਟਨ ਹੈ ਖੁੱਡੀਆਂ ਸਾਹਿਬ ਤੁਹਾਡੇ, ਸਾਊਥ ਸ਼ਰੀਫ ਇਮਾਨਦਾਰ ਇਨਸਾਨ, ਮੰਤਰੀ ਵੀ ਰਹੇ ਨੇ, ਬੋਲਣ ਦਾ ਪਤਾ ਹੈ, ਪਾਰਲੀਮੈਂਟ ਜਾ ਕੇ ਬੋਲ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ। ਉਹ ਹਰੇਕ ਸਾਲ ਪੁੱਛ ਵਾਲੇ, ਉਹ ਦਰਖਤ ਵੀ ਪੱਤੇ ਬਦਲ ਲੈਂਦੇ ਹੋ, ਐਤਕੀ ਤਾਂ ਬਦਲੋ। ਜਿੱਥੇ ਮੈਂ ਗਿਆ ਅੱਜ ਤੜਕੇ ਦਾ ਤੁਰਿਆ, ਬੁਲਾਡਾ, ਮਾਨਸਾ, ਮੌੜ, ਤਲਵੰਡੀ, ਹੁਣ ਤੁਹਾਡੇ ਕੋਲੇ, ਅੱਜ ਸੁਹਾਗਾ ਹੀ ਫਿਰ ਗਿਆ। ਲੋਕ ਕੋਈ ਕਹਿੰਦਾ 2.5 ਲੱਖ ਤੇ, ਕੋਈ ਕਹਿੰਦਾ 2 ਲੱਖ ਤੇ, 2 ਤੇ, ਆ ਬਜ਼ੁਰਗ ਨੇ, ਬਜ਼ੁਰਗ ਕਹਿੰਦੇ 2 ਤੇ, 1000 ਰੁਪਏ ਇਹਨਾਂ ਕੋਲੇ। ਸੋ ਵੀਰ ਹੈ, ਉਹ ਕਿਉਂ ਇਹਨਾਂ ਨੂੰ ਨੀਂਦ, ਉਹ ਇਹਨਾਂ ਨੂੰ ਨੀਂਦ ਨੀ ਆਉਣੀ, ਨਾ ਸੁਣੋ ਕਿੱਕਲੀ, ਉਹ ਰਹਿਣ ਦੋ, ਕਿਉਂ ਜਿੱਦ ਕਰਦੇ ਹੋ। ਉਹ ਪਹਿਲੀ ਬਿਮਾਰ ਹੋ ਕੇ ਹਟਿਆ, ਰਹਿਣ ਦੋ, ਦਿਲ ਖੜਾਉਣ ਦੀਆਂ ਦਵਾਈਆਂ ਲੈਣੀਆਂ ਪੈਣਗੀਆਂ। ਸੁਣ, ਸੋ 1 ਜੂਨ ਨੂੰ ਘਰੋਂ ਨਿਕਲਣਾ, ਜੇ ਮੈਂ ਤੁਹਾਡੇ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਤੁਸੀਂ ਅਕਾਲੀਆਂ ਦੇ ਕਾਂਗਰਸੀਆਂ ਨੂੰ ਜ਼ੀਰੋ ਕਰ ਦੋ। ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓਗੇ। ਆ ਫਿਰਦਿਆਂ ਵੀਰੇ, ਸਵੇਰੇ ਹੀ ਚੱਲਦਿਆਂ, ਥੱਕਦੇ ਥੁੱਕਦੇ ਨੀ ਹੈਗੇ, 50 ਡਿਗਰੀ ਟੈਂਪਰੇਚਰ ਹੋ ਜਾਂਦਾ, 48-50 ਹੋ ਜਾਂਦਾ, ਆਪਾਂ ਨੀ ਥੱਕਦੇ, ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆ। ਦੇਖੀ ਬਾਈ, ਡਿੱਗ ਨਾ ਪਈ ਵੀਰੇ, ਡਿੱਗ ਨਾ ਪਈ।
ਹਰਾਮ। ਸੋ ਵੀਰੋ ਇੰਨੇ ਰਾਤ ਗਏ ਤੁਹਾਡਾ ਇੱਥੇ ਭਾਰੀ ਗਿਣਤੀ ਚ ਆਉਣਾ, ਇਹ ਤਾਂ ਮੈਨੂੰ ਲੱਗਦਾ ਹੁਣ ਬਸ ਐਲਾਨ ਹੀ ਬਾਕੀ ਹੈ। ਤੁਸੀਂ ਦੇਖੋ ਕਿੰਨਾ ਫਰਕ ਪੈ ਗਿਆ। ਪਹਿਲਾਂ ਹੰਕਾਰ ਦੇ ਵਿੱਚ ਤੁਹਾਡੀ ਉਮੀਦਵਾਰ ਨੰਨੀ ਛਾਂ ਹਰਸਿਮਰਤ ਕੌਰ ਲਿਖਦੇ ਸੀ ਪੋਸਟਾਂ ਤੇ, ਹੁਣ ਕੀ ਲਿਖਦੇ ਆ, ਨਿਮਾਣੀ ਸੇਵਾਦਾਰਨੀ। ਵਾਹ 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 ਵਾਹ, ਨਿਮਾਣੀ ਉਹ ਜਦੋਂ ਦਾ ਆ ਗਿਆ ਕੱਸੀਆਂ ਚ ਪਾਣੀ, ਇਹ ਲਿਖਣ ਲੱਗ ਗਈ ਨਿਮਾਣੀ। ਵਾਹ ਓਏ ਪੁੱਛ ਵਾਲਿਓ, ਵਾਹ ਓਏ ਨਿਆਰਾ ਲਿਆ ਤਾ ਯਾਰ। ਕਿੱਕਲੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ। ਸਮਝ ਕੁਛ ਆਵੇ ਨਾ, ਵੋਟ ਕੋਈ ਇੱਥੇ ਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ। ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨੀ, ਬਿਜਲੀ ਦਾ ਕੋਈ ਬਿੱਲ ਨੀ, ਕੱਸੀਆਂ ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ। ਉਹ ਤੋਂ ਬਾਅਦ ਸਮਝੀ ਨਾ ਸੋਚੀਏ, ਫਿਰ ਅਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ। ਮੇਰਾ ਸੁੱਕੀ ਜਾਵੇ ਖੂਨ ਵੇ, ਮੇਰਾ ਸੁੱਕੀ ਜਾਵੇ ਖੂਨ ਵੇ, ਨਾਲੇ ਉੱਡੀ ਜਾਵੇ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ। ਅਸੀਂ ਮੌਜ ਬਹੁਤ ਲੁੱਟੀ ਹੈ, ਅਸੀਂ ਮੌਜ ਬਹੁਤ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ। ਲੈ ਐਤਕੀ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਹੈ। ਬੋਲੇ ਸੋਨਿਆ।